ਕਲੇਰ ਸਾਹਿਬ, ਕੀ ਲੱਗਦਾ ਹੈ ਕਿ ਕੱਲ੍ਹ ਜੋ ਅਕਾਲੀ ਦਲ ਦੇ ਵੱਲੋਂ ਯਾਤਰਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਕਿ ਪੰਜਾਬ ਦੇ ਲੋਕਾਂ ਤੋਂ ਉਹ ਰਿਸਪੌਂਸ ਮਿਲੇਗਾ ਜਿਸ ਦੀ ਆਸ ਜਿਹੜੀ ਕੀਤੀ ਜਾ ਰਹੀ ਹੈ? ਸੋ ਇੱਕ ਬਹੁਤ ਵੱਡਾ ਜਿਹੜਾ ਰਿਸਪੌਂਸ ਹੈ ਉਹ ਪੰਜਾਬ ਬਚਾਓ ਯਾਤਰਾ ਨੂੰ ਆਲਰੇਡੀ ਮਿਲਣਾ ਵੀ ਸ਼ੁਰੂ ਹੋ ਗਿਆ ਤੇ ਰਸਤੇ ਦੇ ਵਿੱਚ ਫੋਨ ਆ ਰਹੇ ਨੇ ਲਗਾਤਾਰ। ਲੋਕ ਕੱਲ ਦਾ ਪ੍ਰੋਗਰਾਮ ਜਾਣਨਾ ਚਾਹੁੰਦੇ ਨੇ ਕਿਉਂਕਿ ਪਹਿਲਾਂ ਅਸੀਂ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਣਾ ਹੈ ਤੇ ਰਟਾਰੀ ਤੋਂ ਯਾਤਰਾ ਸ਼ੁਰੂ ਕਰਨੀ ਹੈ। ਸੋ ਇੱਕ ਬਹੁਤ ਵੱਡਾ ਰਿਸਪੌਂਸ ਹੈ ਲੋਕਾਂ ਦੇ ਵਿੱਚ। ਆਪ ਸਰਕਾਰ ਤੇ ਸਵਾਲ ਜਿਹੜੇ ਚੁੱਕੇ ਨੇ, ਆਪ ਸਰਕਾਰ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਹਰ ਇੱਕ ਕੰਮ ਦੇ ਵਿੱਚ ਪਹਿਲ ਕਰ ਰਹੇ ਹਾਂ, ਸਾਨੂੰ ਥੋੜਾ ਸਮਾਂ ਚਾਹੀਦਾ, ਉਹਨਾਂ ਦੇ ਵੱਲੋਂ ਹਰ ਇੱਕ ਕੰਮ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਜਿਹੜਾ ਦੇਖ ਰਹੇ ਹਾਂ। ਹਾਲਾਂਕਿ ਦੂਜੇ ਪਾਸੇ ਦੇਖਣ ਨੂੰ ਮਿਲਦਾ ਹੈ ਕਈ ਵਾਰੀ ਸਰਕਾਰ ਦੇ ਉੱਤੇ ਸਵਾਲ ਵੀ ਖੜੇ ਹੋ ਰਹੇ ਨੇ, ਪਰ ਉਹਨਾਂ ਦੇ ਵੱਲੋਂ ਕਹਿੰਦੇ ਅਸੀਂ ਕੋਸ਼ਿਸ਼ ਪੂਰੀ ਕਰ ਰਹੇ ਹਾਂ, ਪਰ ਦੂਜੇ ਪਾਸੇ ਤੁਸੀਂ ਕਿਹਾ ਕਿ ਖੇਤਰੀ ਪਾਰਟੀ ਅਕਾਲੀ ਦਲ, ਪਰ ਅਕਾਲੀ ਦਲ ਤੇ ਵੀ ਲੋਕ ਸਵਾਲ ਖੜੇ ਕਰਦੇ ਨਜ਼ਰ ਆਉਂਦੇ ਨੇ। ਅਕਾਲੀ ਦਲ ਤੇ ਤਾਂ ਇਹ ਪੋਲੀਟੀਕਲ ਪਾਰਟੀਆਂ ਨੇ ਸਵਾਲ ਖੜੇ ਕੀਤੇ, ਕਾਂਗਰਸ ਨੇ ਝੂਠ ਬੋਲਿਆ, ਕੈਪਟਨ ਸਾਹਿਬ ਨੇ ਕਿਹਾ ਜੀ ਬੇਅਦਬੀਆਂ ਦਾ ਇਨਸਾਫ ਦੇਊਂਗਾ, ਕੀ ਹੋਇਆ 5 ਸਾਲ 'ਚ? ਇਹ ਕਹਿ ਸਕਦੇ ਕਿ ਜੋ ਅਕਾਲੀ ਦਲ ਦੇ ਵੱਲੋਂ ਯਾਤਰਾ ਕੱਲ੍ਹ ਨੂੰ ਸ਼ੁਰੂ ਕੀਤੀ ਜਾ ਰਹੀ ਹੈ, ਹਲੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਸਮਾਂ ਪਿਆ, ਕਿ ਇੱਕ ਇਸ ਨੂੰ ਇਹ ਮੰਨ ਸਕਦੇ ਹਾਂ ਕਿ ਕੈਂਪੇਨ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ? ਇਹ ਦੇਖੋ ਜੀ, ਜਿਹੜੀ ਪੰਜਾਬ ਬਚਾਓ ਯਾਤਰਾ ਹੈ ਇਹਦਾ ਮੁੱਖ ਮਕਸਦ ਹੈ ਪੰਜਾਬ ਨੂੰ ਬਚਾਉਣਾ, ਕਿਉਂਕਿ ਅੱਜ ਸਾਡੀ ਹੋਂਦ ਦੇ ਉੱਤੇ ਸਵਾਲ ਖੜਾ ਹੋ ਗਿਆ ਹੈ। ਕਾਂਗਰਸ ਹੀ ਕਹਿ ਰਹੇ ਨੇ ਕਿ ਰਾਹੁਲ ਗਾਂਧੀ ਦੀ ਜੋ ਯਾਤਰਾ ਸ਼ੁਰੂ ਕੀਤੀ ਗਈ ਸੀ ਉਹਨਾਂ ਤੋਂ ਅਕਾਲੀ ਦਲ ਪ੍ਰਭਾਵਿਤ ਹੋਇਆ, ਸੁਖਬੀਰ ਬਾਦਲ ਪ੍ਰਭਾਵਿਤ ਹੋਏ ਨੇ ਤੇ ਉਹਦੇ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜੀ ਇਹ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ। ਅਕਾਲੀ ਦਲ ਦੇ ਵੱਲੋਂ ਕੱਲ੍ਹ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਕੀਤੀ ਜਾਣੀ ਹੈ ਤੇ ਇਸ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਇਹ ਜ਼ਿਕਰ ਕੀਤਾ ਜਾ ਰਿਹਾ ਕਿ ਪੰਜਾਬ ਦੇ ਲੋਕ ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਸ ਯਾਤਰਾ ਦੇ ਵਿੱਚ ਹੁੰਗਾਰਾ ਦੇਣਗੇ, ਚੰਗਾ ਰਿਸਪੌਂਸ ਜਿਹੜਾ ਉਹਨਾਂ ਨੂੰ ਦਿੱਤਾ ਜਾਵੇਗਾ। ਸੋ ਅਕਾਲੀ ਦਲ ਕੀ ਆਸ ਲਾ ਕੇ ਬੈਠਾ, ਇਸ 'ਤੇ ਅਸੀਂ ਗੱਲਬਾਤ ਕਰਾਂਗੇ, ਨਾਲੇ ਅਕਾਲੀ ਦਲ ਦੀ ਇਸ ਯਾਤਰਾ ਦਾ ਮੇਨ ਮਕਸਦ ਕੀ ਹੈ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਅਕਾਲੀ ਦਲ ਤੋਂ ਅਰਸ਼ਦੀਪ ਕਲੇਰ ਜੁੜੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਕਲੇਰ ਸਾਹਿਬ, ਕੀ ਲੱਗਦਾ ਹੈ ਕਿ ਕੱਲ੍ਹ ਜੋ ਅਕਾਲੀ ਦਲ ਦੇ ਵੱਲੋਂ ਯਾਤਰਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਕਿ ਪੰਜਾਬ ਦੇ ਲੋਕਾਂ ਤੋਂ ਉਹ ਰਿਸਪੌਂਸ ਮਿਲੇਗਾ ਜਿਸ ਦੀ ਆਸ ਜਿਹੜੀ ਕੀਤੀ ਜਾ ਰਹੀ ਹੈ? ਨਹੀਂ ਬਿਲਕੁਲ ਜੀ, ਪੰਜਾਬ ਦੇ ਜਿਹੜੇ ਲੋਕ ਨੇ ਅੱਜ ਉਹ ਭਗਵੰਤ ਮਾਨ ਸਾਹਿਬ ਦੀ ਕਾਰਗੁਜ਼ਾਰੀ ਤੋਂ ਅੱਕ ਵੀ ਗਏ ਨੇ ਤੇ ਥੱਕ ਵੀ ਗਏ ਨੇ। ਅੱਕ ਤਾਂ ਗਏ ਨੇ ਕਿਉਂਕਿ ਹਰ ਰੋਜ਼ ਉਰੇ ਲਾਅ ਐਂਡ ਆਰਡਰ ਦੀ ਕੀ ਸਥਿਤੀ ਹੈ, ਕਿਸ ਤਰੀਕੇ ਸਾਡੇ ਖਿਡਾਰੀ ਵਪਾਰੀ ਸਿੰਗਰਾਂ ਦਾ ਕਤਲ ਹੋ ਰਿਹਾ, ਫਰੌਤੀਆਂ ਮੰਗੀਆਂ ਜਾ ਰਹੀਆਂ ਨੇ, ਨਸ਼ੇ ਨੂੰ ਲੈ ਕੇ ਪਹਿਲੀ ਵਾਰ ਹੋਇਆ ਕਿ ਦੇਸ਼ ਦੀ ਕਿਸੇ ਹਾਈ ਕੋਰਟ ਨੇ ਕਿਸੇ ਸੂਬਾ ਸਰਕਾਰ ਨੂੰ ਕਿਹਾ ਹੋਵੇ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਲੱਗ ਰਿਹਾ ਕਿ ਨਸ਼ਾ ਸਰਕਾਰ ਵਿਕਾਰੀ ਹੈ। ਔਰ ਹੋਰ ਮੈਂ ਕਿਸੇ ਵੀ ਚਾਹੇ ਤੁਸੀਂ ਸੋਸ਼ਲ ਵੈਲਫੇਅਰ ਸਕੀਮਾਂ ਉਰੇ ਬੰਦ ਪਈਆਂ, ਡਿਵੈਲਪਮੈਂਟ ਹੋ ਨਹੀਂ ਰਹੀ, ਔਰ ਪੰਜਾਬ ਦਾ ਜਿਹੜਾ ਪੈਸਾ ਹੈ ਉਹ ਸਿਰਫ ਅਰਵਿੰਦ ਕੇਜਰੀਵਾਲ ਤੇ ਜਾਂ ਆਮ ਆਦਮੀ ਪਾਰਟੀ ਦੀ ਮਸ਼ਹੂਰੀ ਜਾਂ ਰੈਲੀਆਂ ਤੇ ਖਰਚਿਆ ਜਾ ਰਿਹਾ। ਸੋ ਪੰਜਾਬ ਦੇ ਹਾਲਾਤ ਬੇਹੱਦ ਚਿੰਤਾਜਨਕ ਨੇ, ਸਾਡੇ ਨੌਜਵਾਨਾਂ ਤੇ ਭਗਵੰਤ ਮਾਨ ਸਾਹਿਬ ਨੇ NSA ਲਾ ਕੇ ਉਹਨਾਂ ਨੂੰ ਪੰਜਾਬ ਤੋਂ ਬਾਹਰਲੀਆਂ ਜੇਲ੍ਹਾਂ ਦੇ ਵਿੱਚ ਸਿੱਟਤਾ, ਸਾਡੇ ਗੁਰਧਾਮਾਂ ਦੇ ਵਿੱਚ ਪੁਲਿਸ ਵਾੜ ਕੇ ਉੱਥੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ। ਸੋ ਆਪਾਂ ਜਿਹੜਾ ਮਰਜ਼ੀ ਪੰਜਾਬ ਦੀ ਗੱਲ ਚੱਕ ਲਈਏ, ਜਿਹੜੇ ਮਰਜ਼ੀ ਕੋਨੇ ਤੋਂ ਚੱਕ ਲਈਏ, ਅੱਜ ਹਰ ਇੱਕ ਵਰਗ ਚਾਹੇ ਉਹ ਕਿਸਾਨ ਹੈ, ਕਿਉਂਕਿ ਕਿਸਾਨ ਦੀ MSP ਖੋਣ ਦੇ ਲਈ ਤਾਂ ਭਗਵੰਤ ਮਾਨ ਸਾਹਿਬ ਸੁਪਰੀਮ ਕੋਰਟ 'ਚ ਬਿਆਨ ਦੇ ਕੇ ਆਏ ਨੇ, ਪੰਜਾਬ ਦੇ ਪਾਣੀ ਖੋਣ ਦੇ ਲਈ SYL ਬਣਾਉਣ ਦੀ ਗੱਲ ਸੁਪਰੀਮ ਕੋਰਟ 'ਚ ਕਹੇ ਆਏ ਨੇ, ਕਹਿੰਦੇ ਮੈਂ ਤਾਂ ਬਣਾਉਣ ਨੂੰ ਤਿਆਰ ਹਾਂ ਪਰ ਵਿਰੋਧੀ ਧਿਰਾਂ ਨਹੀਂ ਬਣਾਉਣ ਦਿੰਦੀਆਂ। ਸੋ ਪੰਜਾਬ ਹਰ ਪਾਸਿਓਂ ਅਸੁਰੱਖਿਅਤ ਮਹਿਸੂਸ ਕਰਦਾ, ਪਰ ਅੱਜ ਪੰਜਾਬ ਨੂੰ ਉਹ ਸੁਨਹਿਰੀ ਦੌਰ ਯਾਦ ਆਉਂਦਾ ਕਿ ਜਿਹੜਾ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਡਿਵੈਲਪਮੈਂਟ ਦਾ ਦੌਰ ਸੀ, ਸੋਸ਼ਲ ਵੈਲਫੇਅਰ ਸਕੀਮਾਂ ਦਾ ਦੌਰ ਸੀ, ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦਾ ਦੌਰ ਸੀ। ਸੋ ਇੱਕ ਬਹੁਤ ਵੱਡਾ ਜਿਹੜਾ ਰਿਸਪੌਂਸ ਹੈ ਉਹ ਪੰਜਾਬ ਬਚਾਓ ਯਾਤਰਾ ਨੂੰ ਆਲਰੇਡੀ ਮਿਲਣਾ ਵੀ ਸ਼ੁਰੂ ਹੋ ਗਿਆ। ਮੈਂ ਹੁਣ ਵੀ ਅੰਮ੍ਰਿਤਸਰ ਨੂੰ ਟ੍ਰੈਵਲ ਕਰ ਰਿਹਾ ਤੇ ਰਸਤੇ ਦੇ ਵਿੱਚ ਫੋਨ ਆ ਰਹੇ ਨੇ ਲਗਾਤਾਰ, ਲੋਕ ਕੱਲ ਦਾ ਪ੍ਰੋਗਰਾਮ ਜਾਣਨਾ ਚਾਹੁੰਦੇ ਨੇ ਕਿਉਂਕਿ ਪਹਿਲਾਂ
ਅਸੀਂ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਣਾ ਹੈ ਤੇ ਰਟਾਰੀ ਤੋਂ ਯਾਤਰਾ ਸ਼ੁਰੂ ਕਰਨੀ ਹੈ। ਸੋ ਇੱਕ ਬਹੁਤ ਵੱਡਾ ਰਿਸਪੋਂਸ ਹੈ ਲੋਕਾਂ ਦੇ ਵਿੱਚ। ਕਲੀਅਰ ਸਾਹਿਬ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਆਪ ਸਰਕਾਰ ਤੇ ਸਵਾਲ ਜਿਹੜੇ ਚੁੱਕੇ ਨੇ, ਆਪ ਸਰਕਾਰ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਹਰ ਇੱਕ ਕੰਮ ਦੇ ਵਿੱਚ ਪਹਿਲ ਕਰ ਰਹੇ ਹਾਂ, ਸਾਨੂੰ ਥੋੜ੍ਹਾ ਸਮਾਂ ਚਾਹੀਦਾ ਉਹਨਾਂ ਦੇ ਵੱਲੋਂ, ਹਰ ਇੱਕ ਕੰਮ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਜਿਹੜਾ ਦੇਖ ਰਹੇ ਹਾਂ। ਹਾਲਾਂਕਿ ਦੂਜੇ ਪਾਸੇ ਦੇਖਣ ਨੂੰ ਮਿਲਦਾ ਹੈ ਕਈ ਵਾਰੀ ਸਰਕਾਰ ਦੇ ਉੱਤੇ ਸਵਾਲ ਵੀ ਖੜ੍ਹੇ ਹੋ ਰਹੇ ਨੇ, ਪਰ ਉਹਨਾਂ ਦੇ ਵੱਲੋਂ ਕਹਿੰਦੇ ਅਸੀਂ ਕੋਸ਼ਿਸ਼ ਪੂਰੀ ਕਰ ਰਹੇ ਹਾਂ, ਪਰ ਦੂਜੇ ਪਾਸੇ ਤੁਸੀਂ ਕਿਹਾ ਕਿ ਖੇਤਰੀ ਪਾਰਟੀ ਅਕਾਲੀ ਦਲ, ਪਰ ਅਕਾਲੀ ਦਲ 'ਤੇ ਵੀ ਲੋਕ ਸਵਾਲ ਖੜ੍ਹੇ ਕਰਦੇ ਨਜ਼ਰ ਆਉਂਦੇ ਨੇ। ਅਕਾਲੀ ਦਲ ਤੇ ਤਾਂ ਇਹ ਪੋਲੀਟੀਕਲ ਪਾਰਟੀਆਂ ਨੇ ਸਵਾਲ ਖੜੇ ਕੀਤੇ, ਕਾਂਗਰਸ ਨੇ ਝੂਠ ਬੋਲਿਆ, ਕੈਪਟਨ ਸਾਹਿਬ ਨੇ ਕਿਹਾ ਜੀ ਬੇਅਦਬੀਆਂ ਦਾ ਇਨਸਾਫ ਦੇਊਂਗਾ, ਕੀ ਹੋਇਆ 5 ਸਾਲ 'ਚ, ਕੀ ਕਰਜ਼ੇ ਮਾਫ ਹੋ ਗਏ, ਕੀ ਘਰ ਘਰ ਦੇ ਵਿੱਚ ਨੌਕਰੀ ਦੇ ਗਏ ਕੈਪਟਨ ਸਾਹਿਬ, ਕੀ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋਈ, ਕੁਛ ਨੀ ਹੋਇਆ। ਫਿਰ ਭਗਵੰਤ ਮਾਨ ਸਾਹਿਬ ਆਏ, ਇਹਨਾਂ ਨੇ ਬੇਅਦਬੀਆਂ ਦਾ ਚਲਾਨ ਪੇਸ਼ ਕਰਤਾ। ਦੱਸੋ ਜੀ, ਕਿਸੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਾਂ ਵਰਕਰ ਦਾ ਨਾਂ ਹੈ? ਤਿੰਨ ਰਿਪੋਰਟਾਂ ਦਾ ਬੜਾ ਜ਼ਿਕਰ ਹੁੰਦਾ ਸੀ ਕਿ ਹਾਈ ਕੋਰਟ 'ਚ ਬੰਦ ਪਈਆਂ, ਖੁੱਲ ਜਾਣਗੀਆਂ, ਪਤਾ ਨੀ ਕੀ ਪਰਲੇ ਆ ਜੂਗੀ, ਖੁੱਲ ਗਈਆਂ ਰਿਪੋਰਟਾਂ। ਦੱਸੋ ਕਿਸੇ ਅਕਾਲੀ ਦਲ ਦੇ ਲੀਡਰ ਜਾਂ ਵਰਕਰ ਦਾ ਨਾਂ ਹੈ? ਇਹਨਾਂ ਨੇ ਸਿਰਫ ਤੇ ਸਿਰਫ ਪੰਜਾਬੀਆਂ ਨੂੰ ਗੁੰਮਰਾਹ ਕੀਤਾ, ਪੰਜਾਬ ਨੂੰ ਬਦਨਾਮ ਕੀਤਾ, ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਪਰ ਹੁਣ ਸੱਚ ਜਿਹੜਾ ਹੁੰਦਾ ਬੜਾ ਦੇਰ ਛੁਪਦਾ ਨੀ, ਸੱਚ ਸਾਰਿਆਂ ਦੇ ਸਾਹਮਣੇ ਆ ਗਿਆ। ਸੋ ਹੁਣ ਇਹ ਜਿਹੜੀਆਂ ਗੱਲਾਂ ਇਹਨਾਂ ਦੀ ਚੱਲਣੀਆਂ ਨੇ, ਸੋ ਲੋਕ ਭਗਵੰਤ ਮਾਨ ਸਾਹਿਬ ਤੋਂ ਵੀ ਅੱਕ ਚੁੱਕੇ ਨੇ ਤੇ ਇਹਨਾਂ ਦੀ ਸਰਕਾਰ ਨੂੰ ਜਲਦੀ ਚੱਲਦਾ ਕਰਦੇ ਨੇ। ਜੀ ਕਲੀਅਰ ਸਾਹਿਬ, ਗੱਲ ਕੀਤੀ ਜਾਏ ਕਿ ਇਹ ਕਹਿ ਸਕਦੇ ਕਿ ਜੋ ਅਕਾਲੀ ਦਲ ਦੇ ਵੱਲੋਂ ਇਹ ਯਾਤਰਾ ਕੱਲ੍ਹ ਨੂੰ ਸ਼ੁਰੂ ਕੀਤੀ ਜਾ ਰਹੀ ਹੈ, ਹਲੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਸਮਾਂ ਪਿਆ, ਕਿ ਇੱਕ ਇਸ ਨੂੰ ਇਹ ਮੰਨ ਸਕਦੇ ਹਾਂ ਕਿ ਕੈਂਪੇਨ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ? ਇਹ ਦੇਖੋ ਜੀ, ਜਿਹੜੀ ਪੰਜਾਬ ਬਚਾਓ ਯਾਤਰਾ, ਇਹਦਾ ਮੁੱਖ ਮਕਸਦ ਹੈ ਪੰਜਾਬ ਨੂੰ ਬਚਾਉਣਾ, ਕਿਉਂਕਿ ਅੱਜ ਸਾਡੀ ਹੋਂਦ ਦੇ ਉੱਤੇ ਸਵਾਲ ਖੜਾ ਹੋ ਗਿਆ। ਪੰਜਾਬ ਦੇ ਵਿੱਚ ਗੈਰ ਪੰਜਾਬੀ ਰਾਜ ਕਰ ਰਹੇ ਨੇ, ਗੈਰ ਪੰਜਾਬੀਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਤੇ ਸਾਡੇ ਬੱਚੇ ਮਾਯੂਸ ਹੋ ਕੇ ਬਾਹਰਲੇ ਦੇਸ਼ਾਂ ਨੂੰ ਭੱਜੇ ਜਾ ਰਹੇ ਨੇ। ਸੋ ਚੋਣਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ, ਪਰ ਸ਼੍ਰੋਮਣੀ ਅਕਾਲੀ ਦਲ ਦੀ ਇਹ ਜਿਹੜੀ ਪਹਿਲ ਕਦਮੀ ਹੈ, ਇਹ ਪੰਜਾਬ ਨੂੰ ਬਚਾਉਣ ਦੀ ਹੈ, ਸਾਡੀ ਜਵਾਨੀ ਨੂੰ ਬਚਾਉਣ ਦੀ ਹੈ ਤੇ ਸਾਡੇ ਸੂਬੇ ਨੂੰ ਗੈਰ ਪੰਜਾਬੀਆਂ ਦੇ ਹੱਥੋਂ ਬਚਾਉਣ ਦੀ। ਕਾਂਗਰਸੀ ਕਹਿ ਰਹੇ ਨੇ ਕਿ ਰਾਹੁਲ ਗਾਂਧੀ ਦੀ ਜੋ ਯਾਤਰਾ ਸ਼ੁਰੂ ਕੀਤੀ ਗਈ ਸੀ ਉਹਨਾਂ ਤੋਂ ਅਕਾਲੀ ਦਲ ਪ੍ਰਭਾਵਿਤ ਹੋਇਆ, ਸੁਖਬੀਰ ਬਾਦਲ ਪ੍ਰਭਾਵਿਤ ਹੋਏ ਨੇ ਤੇ ਉਹਦੇ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜੀ ਇਹ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ। ਦੇਖੋ, ਰਾਹੁਲ ਗਾਂਧੀ ਸਾਹਿਬ ਤਾਂ ਹੁਣ ਆਏ ਨੇ, ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਸੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਹੈ, ਇਹ ਤਾਂ ਪਿੰਡਾਂ ਤੋਂ ਚੱਲਦੀ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਤੌਰ ਮੁੱਖ ਮੰਤਰੀ ਸੰਗਤ ਦਰਸ਼ਨ ਕਰਦੇ ਸੀ, ਔਰ ਉਹ ਪਹਿਲਾਂ ਕੋਈ ਐਸੇ ਮੁੱਖ ਮੰਤਰੀ ਸੀ ਇਸ ਦੇਸ਼ ਦੇ ਜਿਨ੍ਹਾਂ ਨੇ ਸਰਕਾਰ ਨੂੰ ਲੋਕਾਂ ਦੇ ਦੁਆਰ ਤੱਕ ਪਹੁੰਚਾਇਆ। ਸੋ ਸਾਨੂੰ ਕਿਸੇ ਤੋਂ ਕਾਪੀ ਕਰਨ ਦੀ ਲੋੜ ਨਹੀਂ, ਇਹਨਾਂ ਨੇ ਚਾਹੇ ਕਾਂਗਰਸ ਹੋਵੇ ਆਪ ਹੋਵੇ, ਇਹ ਅਕਾਲੀ ਦਲ ਨੂੰ ਕਾਪੀ ਕਰਦੇ ਨੇ। ਜਿੱਦਾਂ ਆਮ ਆਦਮੀ ਪਾਰਟੀ ਨੇ ਹੁਣ ਦੇਖੋ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਆਟਾ ਦਾਲ ਸਕੀਮ ਆ ਉਹਨੂੰ ਰੀਬ੍ਰਾਂਡ ਕੀਤਾ, ਕੇਜਰੀਵਾਲ ਦੀ ਫੋਟੋ ਲਾਈ, ਤੀਰਥ ਯਾਤਰਾ ਸਕੀਮ ਨੂੰ ਰੀਬ੍ਰਾਂਡ ਕੀਤਾ, ਫੋਟੋ ਲਾਈ। ਸੋ ਇਹ ਪਾਰਟੀਆਂ ਸਾਨੂੰ ਕਾਪੀ ਕਰਦੀਆਂ ਨੇ। ਸ਼੍ਰੋਮਣੀ ਅਕਾਲੀ ਦਲ ਤਾਂ ਲੋਕਾਂ ਚੋਂ ਹੀ ਪਾਰਟੀ ਚਲਾਉਂਦਾ, ਲੋਕਾਂ ਦੇ ਵਿੱਚੋਂ ਹੀ ਸਰਕਾਰ ਚਲਾਉਂਦਾ। ਜੀ ਸ਼ੁਕਰੀਆ ਕਲੀਅਰ ਸਾਹਿਬ ਗੱਲਬਾਤ ਕਰਨ ਦੇ।